अस्सलाम वालेकुम दोस्तों, मैं तुहाडा वीर भरा समझ करियाना स्टोर बिजनेस वाला जी, तुसीं वेख रहे हो तुहाडा अपना ही चैनल। अज असीं आए हां पाक पतन शरीफ बाबे उस्ताद रमजान कोल। बाकी गल्लां तुहानूं उस्ताद रमजान दा पुछांगे। पाक पतन शरीफ बाबा जी, पाक पतन केड़े पिंड च बैठे हो? 78D पाक पतन विरका वाला जी। हां, पाक पतन शरीफ 78D विरका वाला बाबे रमजान कोल असीं आए हां जी। उस्ताद रमजान होरां दा जी, अस्सलाम वालेकुम। वालेकुम सलाम। ਹੋਰ ਸੁਣਾਓ, ਠੀਕ ਠਾਕ ਹੋ ਜੀ? ਕਿਵੇਂ ਸ਼ੌਕ ਸ਼ਿਕਾਰ ਜਾ ਰਿਹਾ ਤੁਹਾਡਾ? ਸ਼ੌਕ ਸ਼ਿਕਾਰ ਸ਼ਿਕਾਰ ਕਿਹੜਾ ਰੰਗਾ ਹੈ? ਅੱਛਾ ਜੀ, ਤੇ ਕਿੰਦੇ ਸ਼ਗਿਰਦ ਹੋ ਤੁਸੀਂ? ਚੌਧਰੀ ਅਸ਼ਰਫ ਕਿਹੜਾ? 6812। ਚੌਧਰੀ ਅਸ਼ਰਫ 6812। ਅੱਛਾ ਅੱਛਾ ਜੀ, ਤੇ ਕਿਵੇਂ ਕਬੂਤਰ ਸ਼ਬੂਤਰ ਡਾ ਰਿਹਾ ਉਸਤਾਦ? ਅੱਛਾ, ਚੰਗੇ ਉਡਾ ਰਿਹਾ। ਚੰਗੇ ਕਬੂਤਰ ਡਾ ਰਿਹਾ, ਠੀਕ ਹੈ। ਤੇ ਪੁਰਾਣਿਆਂ ਸ਼ਿਕਾਰੀਆਂ ਨੂੰ ਕਿਹੜੇ ਕਿਹੜੇ ਸ਼ਿਕਾਰੀ ਨੂੰ ਜਾਣਦੇ ਹੋ ਤੁਸੀਂ? ਗੁਲਾਬ ਲਿਆ ਘਰ ਤੋਂ ਲਾ ਕਰ ਸੀ ਤਾਂ ਉੱਕੀ ਅਨੂ ਬਲੋਚ। ਅੱਛਾ ਜੀ, ਬਰਦਾਰ। ਅੱਛਾ ਜੀ, ਹਾਂ ਨਿਸਾਰ। ਅੱਛਾ ਜੀ, ਜਿਹੜਾ ਮੁੱਖਾ ਬਲੋਚ ਸੀ? ਸਰਦਾਰ ਸਦੀਕ। ਸਰਦਾਰ ਸਦੀਕ ਲਵਾਣੇ ਵਾਲਾ? ਹਾਂ। ਅੱਛਾ ਜੀ, ਤੇ ਦੁਆ ਅੱਜ ਤੋਂ ਗੰਦ ਨਾ ਕੀ ਹੈ? ਬਾਬਾ ਸੁਲੇਮਾਨ। ਬਾਬਾ ਸੁਲੇਮਾਨ ਜੱਟ? ਹਾਂ, ਬਾਬਾ ਨੂਰਮਾਨ। ਬਾਬਾ ਨੂਰਾ? ਬਾਬਾ ਨੂਰਾ। ਹਾਂ। ਅੱਛਾ, ਬਾਬਾ ਸੁਲੇਮਾਨ ਜੱਟ, ਬਾਬਾ ਨੂਰਾ, ਸਰਦਾਰ ਸਦੀਕ, ਇਹਨਾਂ ਸਾਰੇ ਸ਼ਿਕਾਰੀਆਂ ਤੁਸੀਂ ਜਾਣਦੇ? ਇਹਨਾਂ ਨਾਲ ਸ਼ੌਕ ਕੀਤਾ? ਨਸਾਰ। ਨਸਾਰ, ਬਾਬਾ ਨਸਾਰ, ਸਰਦਾਰ, ਚਾਚਾ ਸਰਦਾਰ। ਸਰਦਾਰ ਕੌਣ ਸੀ? ਸਰਦਾਰ ਸਾਰੀਆ। ਕਬੂਤਰ ਤੁਸੀਂ ਕਿੱਥੋਂ ਸਟਾਰਟ ਕੀਤੇ, ਕਿਵੇਂ ਕੀਤੇ, ਕਿੰਨੀ ਦੇਰ ਹੋ ਗਈ ਤੁਹਾਨੂੰ ਰੱਖਿਆ ਨੂੰ? ਸ਼ਗਿਰਦ ਕਿੰਨੇ ਹੋਏ ਸੀ? ਚੌਧਰੀ ਅਸ਼ਰਫ ਦੇ। ਜਦੋਂ ਚੌਧਰੀ ਅਸ਼ਰਫ ਦੇ ਸ਼ਗਿਰਦ ਹੋਏ ਸੀ, ਕਬੂਤਰ ਘਰ ਰੱਖੇ ਸੀ ਕਿ ਉਹਦੇ? ਉਸ ਤੋਂ ਘਰ ਰੱਖੇ ਹੋਏ ਸੀ, ਠੀਕ ਹੈ। ਕਿਹੜੇ ਕਿਹੜੇ ਕਾਰਾਂ ਦੇ ਕਬੂਤਰ ਸੀ ਤੁਹਾਡੇ? ਰੱਤੇ ਡੱਬੇ, ਕਾਲੇ ਡੱਬੇ, ਮੋਟੇ ਕਾਲੇ ਸ਼ਾਹ। ਉਹ ਸਟਾਰਟਿੰਗ ਕਿੱਥੋਂ ਕੀਤੀ ਤੁਸੀਂ? ਉਹ ਬੱਚੇ ਘਰ ਕਟਾਇਆ। ਬੱਚੇ ਘਰ, ਕਬੂਤਰ ਕਿਵੇਂ ਲਿਆ, ਕਬੂਤਰੀ ਕਿਵੇਂ ਲਈ, ਜਿਵੇਂ ਅੱਗੇ ਦੱਸਦੇ ਹੋ? ਕਬੂਤਰੀ ਸ਼ਾਹ ਤੋਂ ਨਹੀਂ ਆਈ ਸੀ, ਉਸਤਾਦ ਤੋਂ। ਕਬੂਤਰੀ ਉਸਤਾਦ ਤੋਂ 6812 'ਚ ਲਈ ਤੇ ਕਬੂਤਰ? ਕਬੂਤਰ ਨੱਪਿਆ। ਕਬੂਤਰ ਨੱਪਿਆ, ਕਬੂਤਰੀ 6812 ਲਈ ਕਬੂਤਰ ਨੱਪਿਆ, ਉਹਨਾਂ ਦੇ ਬੱਚੇ ਕਢਾਏ। ਕੋ ਕਿਵੇਂ ਉੱਡੇ? ਚੰਗੇ ਉੱਡੇ, ਠੀਕ ਹੈ। ਉਹ 4-4 5-5 ਵਜੇ ਦੀ ਪਹਿਲੀ ਵਾਰੀ ਦਾਮਾਦ ਬਗਾਇਆ। 4-4 5-5 ਵਜੇ ਪਹਿਲੀ ਵਾਰੀ, ਠੀਕ ਹੈ। ਜਦੋਂ ਤੁਸੀਂ ਚੈਲੰਜ ਦੀ ਬਾਜ਼ੀ ਉਡਾਈ ਤੁਹਾਡੇ ਕਬੂਤਰ ਕੋ ਨਹੀਂ, ਤੁਸੀਂ ਉਹਨਾਂ ਨੂੰ ਕੀ ਆਖਿਆ? ਉਹਨਾਂ ਕਹਾਂ ਕਿ ਰਾਂਡਿਆਂ 'ਚ ਬੱਚੇ ਨਿਕਲੇ ਉਡਾਉਣੇ। ਸਹੀ ਜਨਮਨ ਹੋ, ਜਿਵੇਂ ਅੱਗੇ ਗੱਲ ਕਰਦੇ ਹੋ ਉਹਨਾਂ ਕਰੋ, ਬੇ ਬਿਲਾ ਚ ਜਕੋਗੇ ਮੇਰੇ ਨਾਲ ਵੇਖ ਕੇ ਗੱਲ ਕਰੋ। ਅੱਛਾ, ਉਹ ਬੱਚੇ ਅੰਡੇ ਵੀ ਤਿਆਂ ਨਾ ਦੇਣਾ। ਅੱਛਾ, ਮਗਰ ਜਿਹੜੇ ਅੰਡੇ ਦੇ ਬੱਚੇ, ਤੁਸੀਂ ਆਖਿਆ ਵੀ ਬੱਚੇ ਅੰਡੇ ਲੱਥੇ ਦੇਣ, ਜਦੋਂ ਬੱਚੇ ਨਿਕਲਣਗੇ ਨਿਕਲੇ ਫੇਰ ਉਡਾਵਾਂਗੇ। ਅੱਛਾ, ਬੱਚੇ ਨਿਕਲੇ ਉਹਨਾਂ ਨੂੰ ਸ਼ਾਟ ਤੇ ਲਾਇਆ। ਅੱਛਾ, ਜਿੰਦਰ। ਅੱਛਾ, ਡੋਰੀਆਂ ਲਾ ਕੇ। ਅੱਛਾ, ਬੱਚੇ ਚੰਗੇ ਉੱਡੇ, ਬੱਚੇ ਨਿਕਲ ਆਏ, ਤੁਸੀਂ ਉਹ ਛਾੜ ਤੇ ਡੋਰੀਆਂ ਉਹਨਾਂ ਨੂੰ ਪਹਿਲੇ ਤੁਸੀਂ ਆਖਿਆ ਵੀ ਨਿਸ਼ਾਨੀਆਂ ਆ ਕੇ ਲਾ ਲਓ। ਅੱਛਾ, ਮਗਰ ਇੱਕ ਇੱਕ ਪੁੰਗਾ ਟੋਕ ਸਟੋ ਸਾਰਿਆਂ ਦੀ, ਦੋ ਬੱਚੇ ਬੱਚਿਆਂ ਦੀ। ਅੱਛਾ, ਇਹ ਉਡਾਵਾਂਗੇ। ਅੱਛਾ, ਉਹ ਜਨਾਬ ਬੱਚੇ ਉਡਾਏ ਚੰਗੇ ਉੱਡੇ। ਅੱਛਾ, 4-4 ਵਜੇ ਤੇ 5-5 ਵਜੇ ਤੱਕ। ਅੱਛਾ ਜੀ, ਬਿਦਾ ਮਤ ਬਗੈਰ ਗੋਲੀ ਪਾਣੀ ਬਗੈਰ। ਅੱਛਾ ਜੀ, ਬੱਚਾ ਛੱਡਿਆ ਹੋਇਆ ਅੱਛਾ ਆਖਾ। ਅੱਛਾ ਜੀ, ਜਿੱਤ ਗਿਆ। ਅੱਛਾ ਜੀ, ਉਹ ਬੱਚਾ ਤੁਸੀਂ ਪਹਿਲੇ ਦਿਨ ਡਾਇਆ ਤੇ ਕਿੰਨੀ ਪਹਿਲੇ ਦਿਨ ਕਿੰਨਾ ਉੱਡਿਆ? ਪਹਿਲੇ ਦਿਨ ਬੱਚਾ ਕੱਢਿਆ ਢਾਂਗੀ ਤੇ 4-5 ਵਜੇ ਦਾ ਉਹ ਸਾਲ ਦਾ ਕੱਟੇ ਮੋਟਰ ਸਾਲ ਬਾਲ ਦਿੱਤਾ। 4-5 ਵਜੇ ਆ ਬਣ ਗਿਆ ਸਾਲ ਬਾਅਦ ਕੱਟੇ, ਪਹਿਲੀ ਵਾਰੀ ਡਾਂਗੋ 4-5 ਵਜੇ ਆ ਕੇ ਠੀਕ ਹੋ ਗਿਆ। 35 ਤੇ 35 ਸੱਪ ਮਾਰ ਗਿਆ, ਸਾਰੇ ਕਬੂਤਰ ਫਿਰ ਸੱਪ ਮਾਰ ਗਿਆ। ਹਾਂ, ਠੀਕ ਹੈ, ਸ਼ੌਕ ਛੱਡ ਤੋ। ਅੱਛਾ, ਮੁਖੀ ਬਲੋਚ ਦਾ ਜ਼ਿਕਰ ਤੁਸੀਂ ਸੁਣਿਆ, ਮੁਖੀ ਬਲੋਚ ਦਾ ਤੁਸੀਂ ਜ਼ਿਕਰ ਕਰਦੇ ਸੀ, ਉਹ ਕਿਵੇਂ ਦਾ ਸ਼ਿਕਾਰੀ ਸੀ ਤੇ ਤੁਹਾਡੇ ਨਾਲ ਰਲ ਕੇ ਉਹਨੂੰ ਸ਼ੌਕ ਸ਼ੂਕ ਕੀਤਾ? ਬੜਾ ਚੰਗਾ ਲੱਟਰ ਸਾਡਾ ਗਵਾਟੀ ਆ। ਅੱਛਾ, ਕਿਵੇਂ ਦਾ ਸ਼ਿਕਾਰੀ ਸੀ? ਚੰਗਾ ਸ਼ਿਕਾਰੀ ਆ। ਠੀਕ ਹੈ, ਮੁਖਾਲਫਤ ਕਬੂਤਰਬਾਜ਼ੀ ਉਡਾਉਂਦਾ, ਕਿਵੇਂ ਕਿਵੇਂ ਕਬੂਤਰ ਡਾਏ, ਕਿੱਥੇ ਕਿੱਥੇ ਉਹਦੇ ਨਾਲ ਜਾ ਕੇ ਤੁਸੀਂ ਡਾਏ? ਉਹ 6 ਬਸੀਰੇ ਉਡਿੰਦਾ ਰਿਹਾ, ਵਿਆੜੀ ਉਡਿੰਦਾ ਰਿਹਾ। 6 ਬਸੀਰੇ ਨਾਲ ਆਉਂਦੇ ਤੁਸੀਂ? ਹਾਂ, ਨਪਿੰਡਾ ਹੀ ਉਡਿੰਦਾ ਰਿਹਾ। ਅੱਛਾ, ਤੇ ਦਿਲ ਕਰਦੀ ਆਈ ਛੱਡ ਦਿੰਦਾ? ਚੰਗੇ ਕਬੂਤਰ ਉੱਡਦੇ ਸੀ? ਚੰਗੇ, ਤੁਸੀਂ ਨਾਲ ਹੁੰਦੇ ਸੀ? ਨਾਲ ਹੁੰਦੇ ਸੀ। ਅੱਛਾ, ਕਿਵੇਂ ਕਿਵੇਂ ਕਬੂਤਰ ਉੱਡਦੇ ਸੀ? ਚੰਗੇ, ਆ ਰੰਗ ਚਿੱਟੇ। ਅੱਛਾ, ਮੁੱਢ ਕਿੰਨਾ ਹੁੰਦਾ ਸੀ? ਮੋਟੇ ਉਹ ਜਿਹੜਾ ਹੁੰਦਾ 1000-2000। ਅੱਛਾ, ਜਿਹੜਾ ਕਬੂਤਰ ਇੱਕ ਤੁਸੀਂ ਇੱਥੇ 84-12 ਚ ਲਿਆ ਕੇ ਛੱਡਿਆ ਸੀ, ਜ਼ਿਲ੍ਹਾ ਵਿਹਾੜੀ ਤਹਿਸੀਲ ਚੀਚਾ ਵਤਨੀ, ਉਧਰੋਂ 84 ਜਾ ਕੇ ਛੱਡਿਆ ਸੀ, ਉਹ ਜਾ ਮੈਂ ਉਸਤਾਦ ਤੋਂ ਲਿਆ ਕੇ ਵੇਖ ਕੇ। ਅੱਛਾ, ਉਹ ਕਿਵੇਂ ਕਿਵੇਂ ਇੱਥੇ ਲਿਆ ਕੇ ਤੁਸੀਂ ਛੱਡਿਆ, ਕਿਵੇਂ ਕਿਵੇਂ ਆਏ? ਉਹ ਸੀ ਆਇਆ ਸੀ ਤੇ 3H 3 ਜਖੜਾ ਵਾਲੇ ਚ ਆ 3 ਆਇਆ। ਅੱਛਾ, ਪਲੱਸ ਪਾ ਗਏ 3 ਚ ਆਏ ਕਬੂਤਰ ਲੈ ਕੇ ਤੇ ਉੱਥੇ ਪਲੱਸ ਪਾ ਗਏ? ਪਲੱਸ ਪਾ ਗਏ। ਅੱਛਾ, ਜਿਹੜਾ ਸੀ ਜਿਹੜਾ ਲੱਗਿਆ
अच्छा 83 ग्रेड वाली टोर है। अच्छा ओ 10 पे 84 ਹੁੰਦਾ ਪਰ अच्छा ओ तो 10 पे 84 ਵੱਡੀ 84 ਹੁੰਦੀ 84 ਪੱਟੇ ਤੇ अच्छा ਇੱਕ ਤੇ ਆ ਛੱਡਿਆ ਪਰ ਛੱਡਾ ਨਾ ਦਿੰਦੇ ਆ अच्छा जित गया जित के कबूतर शामी ढंगी ना मनी बाग च नेरे भी देख के ठीक है कावा ने मार चुके ठीक हो गया। होर कोई तुहाडी मशहूर बाजी और बढ़िया छड़िया बढ़िया थावा बढ़िया जीती और फर्स्ट मलका ली वैड़ी को छड़ी हो गए मलका वाड़ी वैड़ी छड़ी हो गए। अच्छा किनिया एसएस 2 साल पिंदे रहे किवें किवें उड़े चंगे पूता उड़े किदे नाड़े किन्ने किन्ना मुड़ सी किन्ने पूतर उड़े सारी तफसील पूता बराबर की क्या है मलका ली वैड़ी तो मलक लियाकत भी चलदा रहा सरदार छह बसीरे किन्ने ना उड़े कालू जाट और या बट्टी सारे बूरे आले वो लोग अच्छा, सारे आने अच्छा हाँ ठीक बड़े बड़े जिन्नी आए हो यार। अच्छा कालू जाट कितने दास आरे पारे आरे पारे दास। अच्छा बट्टी बूरे आले दे आए बट्टी बूरे आले दे की नाम से होता है अच्छा बढ़िया बात है अच्छा सब सही है। अच्छा ते तुसी तो आड़ा की शेड्यूल सी कबूतर जेड़ा कबूतर गर्म करके तलख करके गर्म छड़दे सी ठार के छड़दे सी की वजह से ठार के कबूतर ठार के छड़े ज्यादा चंगा उड़ जाता है या कबूतर बहुता गर्म किया चंगा उड़ जाता है थरिया कबूतर चंगा उड़ जाता है थरिया कबूतर चंगा उड़ जाता है चंगा। एक थोड़े को होर सवाल करना चाहते हैं जी कबूतर ने 7-8 आप गर्म करते हैं इको काले दिको साफ दो की पता लगता है कबूतर तलखी च केड़ा कबूतर ठरिया केड़ा ते की सिस्टम है ਉਹ ਤਾਂ ਬਣਾਉਣ ਵਾਲੇ ਪਤਾ ਲੱਗ ਜਾਂਦਾ ਵੀ ਮੈਂ ਬਣਾਇਆ ਕਿ ਵੀ ਆਹ ਕਬੂਤਰ ਨੂੰ ਕੋਈ ਜਿਹਾ ਪਤਾ ਹਾਂਜੀ ਹੈ ਹਾਂਜੀ ਦੂਆ ਬੰਦੇ ਉਹਨਾਂ ਨੂੰ ਕੀ ਪਤਾ ਹੁੰਦਾ ਜਿਹੜਾ ਕਬੂਤਰ ਤਲਖੀ 'ਚ ਹੋਵੇ ਉਹਨੂੰ ਕਿਸ ਹਿਸਾਬ ਨਾਲ ਗਰਮ ਕਰਨਾ ਪੂਰਾ ਜਾਂ ਗਰਮ ਕਰਨਾ ਚਾਹੀਦਾ ਠਾਰਨਾ ਚਾਹੀਦਾ ਤਲਖੀ ਵਾਲਾ ਕਬੂਤਰ ਉਹਨੂੰ ਠਾਰਨਾ ਚਾਹੀਦਾ ਹੈ ਅਤੇ ਜਿਹੜਾ ਆਪਾਂ ਕਬੂਤਰ ਗਰਮ ਕਰ ਲੈਂਦੇ ਹਾਂ ਕਬੂਤਰ ਅੰਦਰੋਂ ਹੀਟ ਜ਼ਿਆਦਾ ਹੋ ਜਾਂਦਾ ਚਰਬੀ ਮਾਰਨ ਲੱਗ ਪੈਂਦਾ ਉਹ ਉਹਦਾ ਕੀ ਵਜਵਾਦ ਹੈ ਉਹ ਜ਼ਿਆਦਾ ਗਰਮ ਹੋ ਜਾਂਦਾ ਉਹ ਬਹੁਤਾ ਗਰਮ ਹੋ ਗਿਆ ਠੀਕ ਹੈ ਇੱਕ ਹੋਰ ਸਵਾਲ